ਉਹਨਾਂ ਦੇ ਵਿੱਚ ਕਾਸਟ ਇਮੀਗ੍ਰੇਸ਼ਨ ਕੰਪਨੀ ਦੀ ਠੱਗੀ ਦਾ ਸ਼ਿਕਾਰ ਕਈ ਲੋਕ ਹੋਏ ਨੇ। ਵੱਖ ਵੱਖ ਦੇਸ਼ਾਂ ਦੇ ਵਿੱਚ ਭੇਜਣ ਦੇ ਨਾਂ 'ਤੇ 500 ਤੋਂ ਵੱਧ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਹੈ। ਕਰੋੜਾਂ ਦੀ ਠੱਗੀ ਮਾਰ ਕੇ ਕੰਪਨੀ ਦਾ ਮਾਲਕ ਅਤੇ ਸਟਾਫ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ। ਕੰਪਨੀ ਠੱਗੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੁਲਿਸ ਨੇ ਮੁਕੱਦਮਾ ਦਰਜ ਕੀਤਾ, ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਲੇਕਿਨ ਜਿਸ ਹਿਸਾਬ ਦੇ ਨਾਲ ਅਜਿਹੇ ਜਿਹੜੇ ਮਾਮਲੇ ਨੇ ਸਾਹਮਣੇ ਆ ਰਹੇ ਨੇ, ਤਾਂ ਉਹ ਤੋਂ ਬਾਅਦ ਲੋਕਾਂ ਨੂੰ ਵੀ ਜਿਹੜੀ ਇਸ ਤਰਕ ਨੂੰ ਲੋੜ ਹੈ, ਸਾਰਾ ਕੁਝ ਦੇਖ ਕੇ ਉਸ ਤੋਂ ਬਾਅਦ ਹੀ ਜੇਕਰ ਕਿਸ ਤੋਂ ਫਾਈਲ ਲਗਾਉਣੀ ਹੈ ਤਾਂ ਸਾਰੀ ਪੜਚੋਲ ਕਰਨ ਤੋਂ ਬਾਅਦ ਹੀ ਕੋਈ ਸਟੈਪ ਜ਼ਰੂਰ ਲਿਆ ਜਾਵੇ। ਸੋ ਖੰਡਾ ਤੋਂ ਇੱਕ ਖਬਰ ਜਿੱਥੇ ਵੱਖ ਵੱਖ ਦੇਸ਼ਾਂ ਦੇ ਵਿੱਚ ਭੇਜਣ ਦੇ ਨਾਂ 'ਤੇ 500 ਤੋਂ ਵੱਧ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਹੈ ਕਾਸਟ ਇਮੀਗ੍ਰੇਸ਼ਨ ਕੰਪਨੀ ਦੁਆਰਾ। ਜਾਣਕਾਰੀ ਹੈ ਕਿ ਕਰੋੜਾਂ ਦੀ ਠੱਗੀ ਮਾਰ ਕੇ ਕੰਪਨੀ ਦਾ ਮਾਲਕ ਅਤੇ ਸਟਾਫ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਸੋ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਵਿਦਿਆਰਥੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਇਹ ਮੇਨ ਗੁਰਪ੍ਰੀਤ ਸਿੰਘ ਬੈਨੀਪਾਲ ਹੈ ਜੀ, ਜਿਹੜਾ ਕੋਸਟ ਬੇ ਆਫਿਸ ਦਾ ਮਾਲਕ ਹੈ। ਅਸੀਂ ਇਹ ਸਾਬਿਤ ਕਰਨਾ ਚਾਹੁੰਦੇ ਹਾਂ ਕਿ ਜੀ ਸਾਡੇ ਨਾਲ ਵੀ ਇਹ ਠੱਗੀਆਂ ਹੋਈਆਂ ਨੇ, ਤਾਂ ਸਾਡੇ ਤੋਂ ਪਹਿਲਾਂ ਪਟਿਆਲੇ ਵੀ ਬਹੁਤ ਲੋਕਾਂ ਨਾਲ ਠੱਗੀਆਂ ਹੋਈਆਂ ਨੇ, ਤਾਂ ਕਿਸੇ ਹੋਰ ਬੰਦੇ ਨਾਲ ਠੱਗੀ ਨਾ ਹੋਵੇ। ਸਾਨੂੰ ਉਹਨਾਂ ਨੂੰ ਬੁਲਾਇਆ ਸੀ ਅਤੇ ਇਮੀਗ੍ਰੇਸ਼ਨ ਵਾਲੇ ਕਿ ਵੀ ਤੁਸੀਂ 5 ਤਰੀਕ ਨੂੰ ਉੱਥੇ ਆ ਜਾਇਓ, ਤਾਂ ਅਸੀਂ ਚੌਥਾ ਸਾਡਾ ਗੇੜਾ ਹੈਗਾ। ਅੱਜ ਵੀ ਸਾਨੂੰ ਇਹ ਦੱਸ ਰਹੇ ਵੀ 10 ਤਰੀਕ 10 ਦਿਨ ਦਾ ਟਾਈਮ ਸਾਨੂੰ ਹੋਰ ਦਿਓ, ਅਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਜੇ ਜਿਹੜੇ ਸਾਡੇ ਪੈਸੇ ਫਸੇ ਹੈ ਉਹ ਸਾਨੂੰ ਪੈਸੇ ਦਿਰਾਏ ਜਾਵੇ, ਇਹਨਾਂ ਨੂੰ ਜਿੰਨੀ ਵੀ ਕਾਨੂੰਨ ਕਾਰਵਾਈ ਦੀ ਹੁੰਦੀ ਹੋਵੇ ਉਹ ਕੀਤੀ ਜਾਵੇ। ਕੋਸਟ ਵੀ ਅਸੀਂ ਮੁਕੱਦਮਾ ਨੰਬਰ 44 ਅੰਡਰ ਸੈਕਸ਼ਨ 420 120 VIPC 467-78 ਅੰਡਰ ਸੈਕਸ਼ਨ ਅਸੀਂ ਪਰਚਾ ਦਰਜ ਕੀਤਾ ਸਿਟੀ 2 ਖੰਨਾ ਥਾਣੇ 'ਚ। ਉਹਦੇ ਵਿੱਚ ਕਾਫੀ ਜਿਹੜੇ ਅਕਿਊਜ਼ ਅਸੀਂ ਨੋਮੀਨੇਟ ਕੀਤੇ ਨੇ, ਉਹਦੇ ਵਿੱਚੋਂ ਇੱਕ ਅਕਿਊਜ਼ ਸੀਗਾ ਅੰਮ੍ਰਿਤਪਾਲ ਸਾਨੂੰ ਗੁਰਜੀਤ ਸਿੰਘ ਪਟਿਆਲੇ ਦਾ ਰਹਿਣ ਵਾਲਾ ਸੀਗਾ। ਇਹ ਵੀ ਅਸੀਂ ਇਹਨਾਂ ਦੇ ਘਰ ਰੇਡ ਕੀਤੀ ਸੀ, ਜਦੋਂ ਸਾਨੂੰ ਪਤਾ ਲੱਗਿਆ ਰੇਡ ਦੌਰਾਨ ਵੀ ਇਹ ਜੇਲ੍ਹ 'ਚ ਹੈ, ਅਸੀਂ ਇਹਦਾ ਪ੍ਰੋਟੈਕਸ਼ਨ ਵਾਰੰਟ ਲਿਆ ਕੇ ਅੱਜ ਇਹਦਾ ਰਿਮਾਂਡ ਲਿੱਤਾ 3 ਦਿਨ ਦਾ। ਫਰਦਰ ਇਹ 'ਚ ਹੁਣ ਇਨਵੈਸਟੀਗੇਸ਼ਨ ਕਰਾਂਗੇ ਵੀ ਕਿਵੇਂ ਇਹਨਾਂ ਨੇ ਠੱਗੀ ਮਾਰੀ ਹੈ, ਕੌਣ ਕੌਣ ਇਹਦੇ ਨਾਲ ਹੋਰ ਇਨਵੋਲਵਮੈਂਟ ਸੀਗੇ।